ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਇਹ ਜਿਹੜਾ ਭਾਂਡਾ ਹੈਗਾ ਬ੍ਰਹਮਾ ਨੇ ਪੈਦਾ ਕੀਤਾ ਨਾ, ਇਹਨੂੰ ਹੀਬਰੂ ਚ ਯਾਵੇ ਕਹਿੰਦੇ ਨੇ ਤੇ ਅਰੇਬਿਕ ਚ ਇਹਨੂੰ ਖੁਦਾ, ਇਹ ਖੁਦਾ ਹੈਗਾ, ਕੁਦਰਤ ਖੁਦਾਏ ਜੀ, ਨੂਰ ਅੱਲਾ ਦਾ ਨੂਰ ਜਿਹੜਾ ਅੰਦਰ ਮੇਰੇ ਹੈਗਾ ਨਾ, ਉਹ ਹੈਗਾ ਪਾਰ ਬ੍ਰਹਮ ਦਾ, ਉਹਨੂੰ ਐਲੋਹੀਅਮ ਕਹਿੰਦੇ ਨੇ ਹਿੰਦੂ ਚ ਤੇ ਅੱਲਾ ਕਹਿੰਦੇ ਨੇ ਅਰੇਬਿਕ ਚ। ਅੱਲਾ ਅਰਫ ਜਿਹੜਾ ਇਲਾ ਤੋਂ ਬਣਿਆ, ਇਲਾ ਹੁੰਦਾ ਕਬੀਲੇ ਦਾ ਪਿਓ, ਜਿੱਦਾਂ ਸਾਡਾ ਨਿੱਜਰ ਹੈਗਾ ਕਬੀਲੇ ਦਾ ਪਿਓ ਇਲਾ ਹੈਗਾ, ਅਲ ਇਲਾ ਹੈਗਾ ਜਿਹੜਾ ਸਪਿਰਚੁਅਲ ਹੈਗਾ ਫਾਦਰ ਪਾਰ ਬ੍ਰਹਮ। ਤੇ ਬ੍ਰਹਮਾ ਦਾ ਜਿਹੜਾ ਚਿਰ ਬੇਟਾ ਨਹੀਂ ਪਾਉਂਦਾ, ਪਾਰ ਬ੍ਰਹਮ ਦੀ ਸੂਰਤ ਨਹੀਂ ਆਉਂਦੀ, ਕਿਉਂ ਇਹ ਜਿਹੜਾ ਪਾਰ ਬ੍ਰਹਮ ਅੰਦਰ ਹੈਗਾ ਤੁਹਾਡੇ, ਤੇ ਆਹ ਬ੍ਰਹਮਾ ਹੈਗਾ, ਇਹ ਦੇਖੀ ਦਾ ਹੈਗਾ, ਪਾਰ ਬ੍ਰਹਮ ਦੇਖੀ ਦਾ ਹੈਗਾ, ਪਰਸੀਵ ਸੀ ਪਰਸੀਵ, ਤੇ ਇਸ ਲਈ ਪਾਰ ਬ੍ਰਹਮ ਦੀ ਲੀਲਾ ਦੇਖੀ ਦੀ ਹੈਗੀ, ਦੇਖੀ ਦੀ ਨਹੀਂ ਹੈਗੀ। ਜਿਹਦੇ ਅੰਦਰ ਪਾਰ ਬ੍ਰਹਮ ਹੈਗਾ ਉਹ ਹਰ ਇੱਕ ਨਾਲ ਮੁਹੱਬਤ ਕਰਦਾ ਹੈਗਾ, ਜਿਹਦੇ ਅੰਦਰ ਸ਼ੈਤਾਨ ਹੈਗਾ ਉਹ ਮਾਰਦਾ ਹੈਗਾ, ਕੁੱਟਦਾ ਹੈਗਾ ਲੋਕਾਂ ਨੂੰ। ਤੇ ਜਿੱਦਾਂ ਕਿ ਚੰਦੂ ਜਿਹੜਾ ਸੀਗਾ ਤੇ ਜਿਹੜੇ ਖੱਤਰੀ ਸੀ ਪ੍ਰਿਥੀ ਚੰਦ, ਇਹਨਾਂ ਦੇ ਅੰਦਰ ਸ਼ੈਤਾਨ ਸੀਗਾ, ਇਹਨਾਂ ਨੇ ਫਿਰ ਸਤਿਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ, ਦੋਨਾਂ ਨੇ ਰਲ ਕੇ ਤਸੀਹੇ ਦਿੱਤੇ ਸੀਗੇ। ਤੇ ਸਤਿਗੁਰੂ ਅਰਜਨ ਦੇਵ ਜੀ ਦਾ ਸਲੋਕ ਸਮਝਣ ਲਈ ਤੁਹਾਨੂੰ ਥੋੜ੍ਹੀ ਜਿਹੀ ਵਾਕਫੀਅਤ ਹੋਣੀ ਚਾਹੀਦੀ, ਉਹਨਾਂ ਦਾ ਕੀ ਪਦਵੀ ਕੀ ਸੀਗੀ। ਇੱਥੇ ਤਾਂ ਕਹਿੰਦੇ ਆਪਣੇ ਕੌਮਾਂ ਦੇ ਲੋਕ, ਕੋਈ ਜੱਟ ਹੋਇਆ, ਲੁਹਾਰ, ਤਰਖਾਨ, ਚੂੜਾ ਚਮਾਰ, ਖੱਤਰੀ, ਇਹ ਸਤਿਗੁਰੂ ਅਰਜਨ ਅੰਗਦ ਦੇਵ ਜੀ ਕੋਲ ਆਏ ਨੇ। ਅੰਗਦ ਦੇਵ ਜੀ ਨੇ ਉਹਨਾਂ ਦੀ ਹੋਮੇ ਭੰਨੀ, ਹੋਮੇ ਪਰਦਾ ਹੈਗਾ ਆਦਮੀ ਤੇ ਅਕਾਲ ਪੁਰਖ ਵਿੱਚ, ਉਹ ਪਰਦਾ ਫਾੜਿਆ ਇਹਨਾਂ ਨੇ, ਇਸ ਕਰਕੇ ਇਹਨਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਸਿੱਖੀ ਦਾ ਧੁਰਾ ਕਹਿੰਦੇ ਨੇ, ਜਾਣੀ ਕਿ ਮੇਨ ਸਟਾਰ ਹਾਊਸ। ਤੇ ਇਹ ਫਿਰ ਮਨ ਜਦੋਂ ਜਾਗਦਾ ਹੈਗਾ ਤਾਂ ਫਿਰ ਆਦਮੀ ਚੁਸਤ ਚਲਾਕ ਹੁੰਦਾ ਹੈਗਾ, ਉਹ ਕਹਿੰਦਾ ਪੈਸੇ ਨੂੰ ਲੋਕਾਂ ਨੂੰ ਲੁੱਟ ਲਵਾਂ, ਬਾਕੀ ਦੇ ਕੁਛ ਨੇ, ਪਖੰਡੀ ਬਣ ਜਾਂਦੇ ਕੇਰੀ। ਤੇ ਜਿਹੜੇ ਨਾਮ ਦੇ ਮਗਰ ਜਾਂਦੇ ਨੇ ਉਹ ਗੁਰਮੁਖ ਬਣ ਜਾਂਦੇ ਨੇ, ਇਹ ਸਨਮੁਖ ਹੈਗਾ, ਬੇਮੁਖ, ਸਨਮੁਖ, ਗੁਰਮੁਖ। ਗੁਰਮੁਖ ਦੋ ਅਰਥ ਹੈਗੇ ਨਾ, ਗੁਰ ਤੇ ਮੁਖ, ਗੁਰ ਹੁੰਦਾ ਢੰਗ, ਮੁਖ ਹੁੰਦਾ ਮੂੰਹ, ਉਹ ਆਦਮੀ ਜਿਹੜਾ ਢੰਗ ਨਾਲ ਬੋਲੇ ਲੌਜੀਕਲੀ, ਇਹਨੂੰ ਪੇਖੀ ਦਾ ਹੈਗਾ, ਇਹ ਜਿਹੜਾ ਇਹ ਪੇਖਦਾ ਹੈਗਾ ਲੋਕਾਂ ਨੂੰ ਵੀ ਕਿਹੜਾ ਗੁਰਮੁਖ ਹੈਗਾ, ਕਿਹੜਾ ਸ਼ੈਤਾਨ ਦਾ ਪੁੱਤਰ ਹੈਗਾ। ਤੇ ਆ ਹੈਗੇ ਜਦੋਂ ਜੇ ਅਕਾਲ ਪੁਰਖ ਦੀ ਦਇਆ ਹੋਵੇ ਤਾਂ ਆਪਣਾ ਗਲੇ ਨਾਲ ਲਾ ਲੈਂਦਾ, ਯਾਨੀ ਕਿ ਆਪਣਾ ਬੁਲਾਰਾ ਬਣਾ ਲੈਂਦਾ ਹੈਗਾ, ਸਪੋਕਸਮੈਨ। ਇਹ ਸਤਿਗੁਰੂ ਅਰਜਨ ਦੇਵ ਜੀ ਦੇ ਕੇ ਨੇ, ਇਹ ਹੈਗਾ ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦੇਵ ਜੀ ਦੁਬਧਾ ਦੇ ਭੰਨਣ ਵਾਲੇ, ਇਹ ਹੈਗੇ ਸਤਿਗੁਰੂ ਰਾਮਦਾਸ ਜੀ ਮੋਹ ਭੰਨਿਆ ਇਹਨਾਂ ਨੇ, ਇਹਨਾਂ ਨੇ ਸਤਿਗੁਰੂ ਅਰਜਨ ਦੇਵ ਜੀ ਨੇ ਹੰਕਾਰ ਭੰਨਿਆ, ਯਾਨੀ ਕਿ ਉਹਦਾ ਬੁਲਾਰਾ ਬਣ ਕੇ ਵੀ ਉਹਦੇ ਨਾਲ ਉੱਚੀ ਬਾਣੀ ਕੋਈ ਨਹੀਂ ਹੈਗੀ। ਤੇ ਹੁਣ ਤੁਹਾਨੂੰ ਸਮਝ ਆ ਜਾਏਗਾ ਵੀ ਜਿਹੜੇ ਸਲੋਕ ਹੈਗਾ ਸਤਿਗੁਰੂ ਅਰਜਨ ਦੇਵ ਜੀ ਦੇ ਇਹ ਕੀ ਕਹਿੰਦੇ ਨੇ। ਇਹਨਾਂ ਨੇ ਦੋ ਨਾਮ ਦਾ ਦੋ ਘਰ ਥਾਰੀ ਦੋ ਧਾਰੀ ਖੰਡਾ ਤਿਆਰ ਕੀਤਾ, ਫਿਰ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਵਾਹਿਆ ਸੀਗਾ। ਛੇ ਸਤਿਗੁਰੂ ਹੈਗੇ, ਚਾਰ ਸੱਚੇ ਪਾਤਸ਼ਾਹ, ਗੁਰੂ ਕੋਈ ਵੀ ਨਹੀਂ ਹੈਗਾ। ਗੁਰੂ ਹੁੰਦਾ ਮਾਤਾ ਪਿਤਾ ਤੇ ਪੰਡਿਤ, ਮੌਰੂਲ ਜਿਹੜੇ ਮੌਰੂਲ ਸਿਕਸ਼ਾ ਦਿੰਦੇ ਨੇ ਧਨ ਬਾਰੇ, ਉਹ ਗੁਰੂ ਹੁੰਦੇ ਨੇ। ਜਿਹੜਾ ਮਨ ਨੂੰ ਦੇਵੇ ਉਹਨੂੰ ਕਹੀਦਾ ਸਤਿਗੁਰੂ। ਜਿਹੜਾ ਨਾਨਕ ਨੂੰ ਗੁਰੂ ਕਹਿੰਦਾ ਨਾ, ਉਹਨੂੰ ਅਲਫ ਨਹੀਂ ਆਉਂਦੀ ਤੇ ਬੇ ਕਿੱਧਰੋਂ ਆ ਜਾਏਗੀ। ਨਾਨਕ ਨੇ ਮਨ ਨੂੰ ਦਿੱਤਾ ਉਪਦੇਸ਼, ਤੇ ਇਸੇ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਵੀੜ ਚ ਨਹੀਂ ਚੜੀਆਂ ਕਿ ਉਹ ਤਨ ਬਾਰੇ ਸੀਗੀਆਂ, ਇਹ ਪਿਓਰਲੀ ਸਪਿਰਚੁਅਲ ਹੈਗਾ ਮਨ ਬਾਰੇ। ਪਰ ਖੱਤਰੀਏ ਨੇ ਇਹਦੇ ਚ ਹੇਰਾ ਫੇਰੀ ਕੀਤੀ ਹੋਈ, 200 ਸਫ਼ੇ ਸਾਫ਼ ਕੀਤੇ ਨੇ ਰਸੌਤ ਨਾਲ, ਕਈ ਜਗ੍ਹਾ ਉਹਨਾਂ ਨੇ ਹੇਰਾ ਫੇਰੀ ਕੀਤੀ ਹੈਗੀ। ਤੇ ਪ੍ਰੋਫੈਸਰ ਜੋਤ ਸਿੰਘ ਨੇ ਇਹ ਵੀੜ ਦੀ ਛਾਣਬੀਨ ਕੀਤੀ ਹੈਗੀ, ਉਹਦੀ ਕਰਤਾਰਪੁਰੀ ਬੀੜ ਦੇ ਦਰਸ਼ਨ ਪੜ੍ਹੋ ਤੇ ਉੱਥੋਂ ਪਤਾ ਲੱਗ ਜਾਏ, ਕੋਈ 100 ਪੇਜ ਤੋਂ ਉੱਪਰ ਹੈਗੀ ਉਹ, ਉੱਥੋਂ ਪਤਾ ਲੱਗ ਜਾਏ ਕਿੰਨੀਆਂ ਗਲਤੀਆਂ ਇਹਨਾਂ ਨੇ ਵਿੱਚ ਪਾਈਆਂ ਨੇ। 200 ਸਫ਼ੇ ਸਾਫ਼ ਹੈਗੇ ਨੇ। ਜਿਹੜੀ ਸੀ ਭਾਈ ਮੀਆਂ
ਭਾਈ ਮੀਆਂ ਮੀਰ ਕੀ ਨਸਲ ਚ ਜਿਹੜੀ ਸੀ ਨਾ ਆਪਣੇ ਭਗਤਨ ਸੀਗੀ ਉਹਦੇ ਵੀ ਸ਼ੋਕ ਵਿੱਚ ਹੈਗੇ ਨੇ ਮੀਰਾ ਮੀਰਾ ਬਾਈ ਸੰਤ ਮੀਰਾ ਬਾਈ ਦੇ ਵੀ ਸ਼ਲੋਕ ਵਿੱਚ ਹੈਗੇ ਨੇ ਤੇ ਇੱਥੇ ਮੈਂ ਕਰ ਰਿਹਾ ਤਰਾਸਰੀ ਮਹਲਾ ਪੰਜਵਾਂ ਇਹ ਹੈਗਾ ਜਿਸ ਕੋ ਵਿਸਰੇ ਪ੍ਰਾਣਪਤ ਪ੍ਰਾਣਪਤ ਉਹ ਹੈਗਾ ਪਾਰ ਬ੍ਰਹਮ ਹੈਗਾ ਆਹ ਜਿਹੜਾ ਹੈਗਾ ਭਾਂਡਾ ਹੈਗਾ ਬ੍ਰਹਮ ਨੇ ਬਣਾਇਆ ਇਹਦੀ ਜਿਹੜੀ ਰੂਹ ਹੈਗੀ ਪ੍ਰਾਣ ਹੈਗੇ ਜਿਹੜੇ ਉਹ ਹੈਗੇ ਪ੍ਰਾਣਪਤ ਹੈਗਾ ਉਹ ਹੈਗਾ ਪਾਰ ਬ੍ਰਹਮ ਦੀ ਰੂਹ ਹੈਗੀ ਪਾਰ ਬ੍ਰਹਮ ਦੀ ਨਿਸ਼ਾਨੀ ਪਾਰ ਬ੍ਰਹਮ ਦਾ ਪੁੱਤਰ ਹੈਗਾ ਪ੍ਰਾਣਪਤ ਦਾਤਾ ਸੋਈ ਗੁਣੋ ਗਿਣੋ ਅਭਾਗਾ ਉਹਨੂੰ ਤੁਸੀਂ ਬਦਕਿਸਮਤ ਸਮਝੋ ਜਿਹੜਾ ਉਹਨੂੰ ਭੁੱਲ ਜਾਵੇ ਜਿਹੜਾ ਕਿ ਜਿਹਨੇ ਤੁਹਾਨੂੰ ਜੀਂਦਾ ਕੀਤਾ ਹੈਗਾ ਜਿਹਦੇ ਪ੍ਰਾਣਾਂ ਦੇ ਪ੍ਰਾਣਾਂ ਨਾਲ ਤੁਸੀਂ ਤੁਰ ਫਿਰ ਰਹੇ ਹੈਗੇ ਆ ਚਰਨ ਕਮਲ ਜਾ ਕਾ ਮਨ ਰਾਗੀਓ ਉਹਦੇ ਉਹਦੇ ਚਰਨ ਕਮਲ ਉਹਦੇ ਚਰਨ ਕਮਲ ਫੜੋ ਪਾਰ ਬ੍ਰਹਮ ਦੀ ਇਹ ਜਿਹੜੀ ਬਾਣੀ ਹੈਗੀ ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈਗੀ ਇਹ ਪਾਰ ਬ੍ਰਹਮ ਦੀ ਬਾਣੀ ਉਚਾਰੀ ਹੈਗੀ ਬ੍ਰਹਮਾ ਦੀ ਨਹੀਂ ਬ੍ਰਹਮਾ ਦੀ ਵੇਦਾਂ ਚ ਹੈਗੀ ਤਦੇ ਸਤਿਗੁਰੂ ਜਿਹੜਾ ਹੈਗਾ ਨਾ ਆਪਣੇ ਚਾਰ ਲਾਵਾਂ ਪਹਿਲੀ ਲਾਮ ਜਿਹੜੀ ਹੈ ਉਹ ਤਨ ਸੰਬੰਧੀ ਹੈਗੀ ਨਾ ਵੀ ਇਹਦਾ ਕਿੱਦਾਂ ਉਭਰਨਾ ਹੈਗਾ ਕਹਿੰਦੇ ਜੇ ਇਹ ਪਾਪ ਕਰਦਾ ਨਾ ਜਿਹੜਾ ਤਨ ਸੰਬੰਧੀ ਹੁੰਦਾ ਪਾਪ ਹੁੰਦਾ ਹੈਗਾ ਨਾ ਜੇ ਤੁਸੀਂ ਬਾਣੀ ਬਾਣੀ ਵੇਦ ਬ੍ਰਹਮਾ ਦਿਲ ਨੂੰ ਪਾਪ ਤੇ ਜਾਇਆ ਬਲਰਾਮ ਜੀ ਉਹ ਪਾਪ ਇਹਦੇ ਨਾਲ ਫਿਰ ਉਤਰ ਜਾਂਦਾ ਹੈਗਾ ਚਰਨ ਕਮਲ ਜਾ ਕਾ ਮਨ ਰਾਗੀਓ ਉਹਦੇ ਚਰਨ ਕਮਲ ਵਿੱਚ ਤੇ ਉਹਦੇ ਨਾਲ ਰਾਗ ਗਾਓ ਉਹਦੇ ਪ੍ਰੇਮ ਕਰੋ ਕੀਰਤਨ ਕਰੋ ਅਮਿਆ ਸਰੋਵਰ ਭਾਗਾ ਉਹ ਜਿਹੜਾ ਅਮਿਆ ਹੈਗਾ ਵੀ ਜਿਹੜਾ ਤੁਹਾਨੂੰ ਮੁਕਤੀ ਵਾਲਾ ਸਰੋਵਰ ਸਮੁੰਦਰ ਤੁਸੀਂ ਪਾ ਲਿਆ ਹੈਗਾ ਇਹ ਜਿੱਦਾਂ ਨਾ ਸਰੋਵਰ ਚੋਂ ਪਾਣੀ ਭਾਫ ਬਣਦੀ ਹੈਗੀ ਭਾਫ ਬਣ ਕੇ ਤਾਂ ਬੱਦਲ ਬਣਦੇ ਨੇ ਬੱਦਲ ਬਣ ਕੇ ਤਾਂ ਮੀਂਹ ਵਰਦਾ ਹੈਗਾ ਮੀਂਹ ਜਦੋਂ ਪਾਣੀ ਪੈਂਦਾ ਜ਼ਮੀਨ ਤੇ ਧਰਤੀ ਤੇ ਫਿਰ ਇਹ ਵਗਦਾ ਹੈਗਾ ਸਮੁੰਦਰ ਵੱਲ ਨੂੰ ਤੇ ਇਸ ਕਰਕੇ ਜਿਹੜਾ ਪਾਣੀ ਖੜਾ ਹੈਗਾ ਨਾ ਉਹ ਲੋਕ ਹੈਗੇ ਨੇ ਜਿਹੜੇ ਕਿ ਕਹਿੰਦੇ ਵੀ ਜੋ ਬਾਹਮਣ ਕਹਿੰਦਾ ਉਹ ਠੀਕ ਹੈਗਾ ਉਹ ਨਹੀਂ ਉਹਨਾਂ ਦੀ ਜਾਨ ਹੈ ਨਹੀਂ ਗੀ ਉਹਨਾਂ ਦੀ ਪੁੱਛਣ ਦੀ ਕੋਈ ਤਾਕਤ ਹੈ ਨਹੀਂ ਗੀ ਸੁੱਤੇ ਹੋਏ ਨੇ ਮਰੇ ਹੋਏ ਨੇ ਤੇ ਜਿਹੜਾ ਹੈਗਾ ਆਪਣੇ ਜਾਗਦਾ ਹੈਗਾ ਜਿਹਦਾ ਮਨ ਜਾਗਿਆ ਹੈਗਾ ਉਹ ਫਿਰ ਪਾਣੀ ਵਗਦਾ ਹੈਗਾ ਉਹ ਫਿਰ ਆਪਣੇ ਸਮੁੰਦਰ ਵੱਲ ਨੂੰ ਜਾਂਦਾ ਹੈਗਾ ਇਸੇ ਕਰਕੇ ਹਰ ਇੱਕ ਸਤਿਗੁਰੂ ਨੇ ਵਗਦੇ ਪਾਣੀ ਵਿੱਚ ਇਸ਼ਨਾਨ ਕੀਤਾ ਖੜੇ ਚ ਨਹੀਂ ਕੀਤਾ ਤੇ ਉਹ ਇਹ ਜਿਹੜਾ ਸਮੁੰਦਰ ਏਦਾਂ ਹੀ ਹੈਗਾ ਜਿੱਦਾਂ ਰੂਹ ਹੈਗੀ ਆਪਣੀ ਜਿੱਦਾਂ ਸਮੁੰਦਰ ਵਿੱਚ ਭਾਫ ਬਣਦੀ ਏਦਾਂ ਹੀ ਰੂਹ ਜਿਹੜੀ ਹੈਗੀ ਪਾਰ ਬ੍ਰਹਮ ਤੋਂ ਨਿਕਲਦੀ ਹੈਗੀ ਤੇ ਆਪਣੇ ਸਰੀਰ ਵਿੱਚ ਆਉਂਦੀ ਹੈਗੀ ਤੇ ਆਪਾਂ ਦਾ ਹੁਣ ਜਿੱਦਾਂ ਪਾਣੀ ਵਗਦਾ ਨਾ ਸਮੁੰਦਰ ਉਹਨੂੰ ਇਹ ਤਾਂ ਆਪਾਂ ਨੇ ਵਗਣਾ ਹੈਗਾ ਤਾਂ ਕਿ ਉਹਦੇ ਨਾਲ ਜੋਤ ਮਿਲ ਜਾਏ ਉਹ ਫਿਰ ਜਿਹੜੇ ਨਾ ਪੰਜਵੇਂ ਸਤਿਗੁਰੂ ਅਰਜਨ ਦੇਵ ਜੀ ਜੋਤ ਨਾਲ ਜੋਤ ਮਿਲ ਗਈ ਤੇ ਉਹਦਾ ਗਲਾ ਬਣ ਗਿਆ ਸਪੋਕਸਮੈਨ ਬਣ ਗਿਆ ਤੇਰਾ ਜਨ ਜਨ ਹੁੰਦਾ ਪੁੱਤਰ ਤੇਰਾ ਜਨ ਰਾਮ ਨਾਮ ਰੰਗ ਜਾਗਾ ਰਾਮ ਉਹ ਜਿਹੜਾ ਅੰਦਰ ਰਮ ਰਿਹਾ ਹੈਗਾ ਇੱਕ ਹੈਗਾ ਰਾਮ ਚੰਦਰ ਇੱਕ ਹੈਗਾ ਰਾਮ ਰਾਮ ਹੈਗਾ ਜਿਹੜਾ ਅੰਦਰ ਹੈਗਾ ਆਹ ਹੈਗਾ ਨਾ ਤੇ ਆਹ ਹੈਗਾ ਰਾਮ ਚੰਦਰ ਰਾਮ ਦਾ ਚੰਦ ਤੇ ਹੈਗਾ ਆਹ ਹੈਗਾ ਰਾਮ ਖੁਦ ਰਾਮ ਜਿਹੜਾ ਅੰਦਰ ਰਮ ਰਿਹਾ ਹੈਗਾ ਜਿਹਦੇ ਬਲ ਨਾਲ ਤੁਸੀਂ ਇਹ ਬਾਣੀ ਸਮਝਦੇ ਹੈਗੇ ਆ ਬਲਰਾਮ ਜੀਓ ਇਹ ਰਾਮ ਹੈਗਾ ਉਹ ਇਹ ਰਾਮ ਦਾ ਚੰਦ ਹੈਗਾ ਰਾਮ ਚੰਦਰ ਰਾਮ ਦਾ ਚੰਦ ਆਹ ਰਾਮ ਦੀ ਚੰਦ ਦੀ ਰੋਸ਼ਨੀ ਇੱਥੇ ਲੱਗਦੀ ਹੈਗੀ ਰਾਮ ਦੀ ਰੋਸ਼ਨੀ ਮਨ ਤੇ ਲੱਗਦੀ ਹੈਗੀ ਤੇਰਾ ਜਨ ਰਾਮ ਨਾਮ ਰੰਗ ਜਾਗਾ ਉਹਦੇ ਨਾਮ ਦੇ ਨਾਲ ਨਾ ਮਨ ਜਾਗਦਾ ਹੈਗਾ ਨਹੀਂ ਤਾਂ ਸੁੱਤਾ ਰਹਿੰਦਾ ਹੈਗਾ ਆਲਸ ਛੀਜੇ ਆਲਸ ਛੱਡ ਕੇ
ਗਿਆ ਸਭ ਤਨ ਤੇ, ਸਾਰਾ ਤਨ ਤਨ ਤੋਂ ਫਿਰ ਕਿਉਂ ਇਹ ਖੁਸ਼ਖਬਰੀ ਹੈਗੀ ਨਾਮ ਜਿਹੜਾ ਇਹਨੂੰ ਗੋਸਪਲ ਕਹਿੰਦੇ ਨੇ, ਗੋਸਪਲ ਹੁੰਦਾ ਗੁੱਡ ਗੁੱਡ ਨਿਊਜ਼। ਪਹਿਲਾ ਸਤਿਗੁਰੂ ਜਿਹੜਾ ਦੁਨੀਆਂ 'ਚ ਆਇਆ ਕਲਯੁਗ 'ਚ ਉਹ ਜੀਜ਼ਸ ਆਇਆ, ਕ੍ਰਾਈਸਟ ਨੂੰ ਸਤਿਗੁਰੂ ਕਹੀਦਾ ਹੈਗਾ, ਕ੍ਰਾਈਸਟ ਟਾਈਟਲ ਹੈਗਾ। ਕ੍ਰਾਈਸਟ ਨਾ ਜੰਮਿਆ ਨਾ ਮਰਿਆ, ਜੀਜ਼ਸ ਜੰਮਿਆ ਜੀਜ਼ਸ ਮਰਿਆ। ਅਤੇ ਜੀਜ਼ਸ ਦਾ ਇਹਨਾਂ ਨੂੰ ਜਿਹੜੇ ਨਾ ਕ੍ਰਿਸਚੀਅਨ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ, ਇਹਦੇ ਹਿਬਰੂ ਨਾਲ ਹੈਗਾ ਯਸ਼ਵਾ, ਇਹਨਾਂ ਨੂੰ ਇਹ ਨਹੀਂ ਪਤਾ ਯਸ਼ਵਾ ਦਾ ਕੀ ਮਤਲਬ ਹੈਗਾ। ਇਹ ਮੇਰੇ ਹਿਸਾਬ ਦੋ ਹੈਗੇ, ਯਹ ਅਤੇ ਸ਼ੁਆ, ਯਹ ਹੁੰਦਾ ਯਹ ਨਾ ਅਤੇ ਇਹ ਯਹ ਬਣਿਆ ਨਾ ਯਾਵੇ, ਯਾਵੇ ਹੈਗਾ ਯਹ ਨਾ, ਯਹ ਨਾ ਦੋ ਅਰਥ ਹੈਗੇ ਯਾਵੇ ਦੇ, ਯਹ ਯਹ ਨਾ ਵੋ ਉਹਦਾ ਜੱਜਿਆ ਹੋਇਆ, ਯਾਨੀ ਕਿ ਉਹਦਾ ਪੈਦਾ ਕੀਤਾ ਹੋਇਆ ਬ੍ਰਹਮਾ ਦਾ। ਯਾਵੇ ਜਿਹੜਾ ਹੈਗਾ ਇਹ ਆਦਮ ਦਾ ਪੁੱਤਰ ਹੈਗਾ, ਆਦਮ ਸੋਰੀ ਆਦਮ ਦਾ ਪਿਓ ਹੈਗਾ ਆਦਮ ਦਾ। ਅਤੇ ਇਸ ਕਰਕੇ ਜੇ ਤੁਸੀਂ ਆਦਮ ਦੇ ਪੁੱਤਰ ਜਿਹੜੇ ਹੈਗੇ ਨੇ, ਜੇ ਆਦਮ ਦੇ ਪੁੱਤਰ ਨਹੀਂ ਬਣਦੇ ਤਾਂ ਉਹ ਆਪਣੇ ਪਿਓ ਬ੍ਰਹਮਾ ਦੇ ਵੀ ਨਹੀਂ ਬਣਦੇ। ਇਸ ਕਰਕੇ ਬਾਣੀ 'ਚ ਹੁੰਦਾ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਜਿਹੜੇ ਬ੍ਰਹਮ ਦੇ ਬੇਟੇ ਹੈਗੇ ਨੇ ਉਹਨਾਂ ਨੂੰ ਸ਼ਬਦ ਦੀ ਪਛਾਣ ਹੁੰਦੀ ਹੈਗੀ। ਜਿਹੜੇ ਸ਼ੰਕਰ ਵਰਨੀ ਬਣ ਗਏ, ਆਪਣੀ ਕੌਮ ਛੱਡ ਗਏ, ਜਿੱਦਾਂ ਸਿੱਖ ਕੌਮ ਅਤੇ ਹਿੰਦੂ ਕੌਮ ਅਤੇ ਕ੍ਰਿਸਚੀਅਨ ਅਤੇ ਮੁਸਲਿਮ ਕੌਮ ਬਣਾਈ ਬੈਠੇ ਨੇ ਜੀਉ, ਇਹਨਾਂ ਨੂੰ ਨਾਮ ਨਹੀਂ ਮਿਲਦਾ, ਕਿਉਂ ਇਹਨਾਂ ਨੇ ਆਪਣਾ ਪਿਓ ਛੱਡ ਦਿੱਤਾ ਕੱਚਾ ਪਿਓ, ਅਤੇ ਉਹ ਫਿਰ ਪੱਕਾ ਕਿੱਦਾਂ ਬਣੂਗੇ, ਜੇ ਕੱਚੀ ਇੱਟ ਨਹੀਂ ਤਾਂ ਪੱਕੀ ਕਿੱਦਾਂ ਬਣੂਗੀ। ਜੇ ਆਪਣੇ ਪਿਓ ਕੱਚੇ ਪਿਓ ਦੇ ਨਹੀਂ, ਪੱਕਾ ਪਿਓ ਕਿਵੇਂ ਅੰਦਰ ਆ ਕੇ ਬੈਠੇਗਾ। ਅਤੇ ਇਸ ਕਰਕੇ ਜਾਤੀ ਕਿਸੇ ਭਗਤ ਨੇ ਨਹੀਂ ਛੁਪਾਈ। ਇਹ ਜਿਹੜੀ ਕਰਦੇ ਨਾ ਵੀ ਜਦ ਸਿੱਖ ਦੀ ਜਾਤ ਨਹੀਂ ਤਾਂ ਉਹਦਾ ਜਿਹੜਾ ਜਿਹਦੀ ਜਾਤ ਹੈਗੀ ਉਹ ਸਿੱਖ ਨਹੀਂ, ਅਤੇ ਜਿਹੜੀ ਜਿਹੜਾ ਸਿੱਖ ਹੈਗਾ ਉਹਦੀ ਜਾਤ ਨਹੀਂ ਹੈਗੀ, ਇਹ ਸ਼ੰਕਰ ਵਰਨੀ ਹੈਗੀ ਹਰਾਮੀ, ਇਹਨਾਂ ਨੂੰ ਸੁਪਰ ਬਾਸਟਰਡ ਕਹੀਦਾ ਹੈਗਾ। ਅਤੇ ਆਲਸ ਸ਼ੀਜੇ, ਆਲਸ ਜਿਹੜੀ ਉਹ ਛੱਡ ਦਿੰਦਾ ਆਦਮੀ, ਗਿਆ ਸਭ ਤਨ ਤੇ ਪ੍ਰੀਤਮ ਸਿਉਂ ਮਨ ਲਾਗਾ, ਸਾਰੇ ਤਨ ਨਾਲ ਜਿਹੜਾ ਕਿ ਆਪਣੇ ਸਰੀਰ ਤਨ ਮਨ, ਤਨ ਜਿਹੜਾ ਫਿਰ ਉਹਦੇ ਗੀਤ ਗਾਉਂਦਾ, ਇਹ ਤਨ ਨੇ ਗੀਤ ਗਾਉਣਾ, ਤਨ ਬੋਲਦਾ ਨਾ, ਅਤੇ ਇਸ ਕਰਕੇ ਤਨ ਜਿਹੜਾ ਫਿਰ ਉਹਦੇ ਗੀਤ ਗਾਉਂਦਾ ਪ੍ਰੀਤਮ ਨਾਲ, ਪਿਆਰ ਪਿਆਰ ਦੇ ਗੀਤ ਰਹਾਓ। ਜੈ ਜੈ ਪੇਖਿਓ, ਜਿੱਥੇ ਜਿੱਥੇ ਮੈਂ ਪੇਖਣਾ, ਇੱਕ ਹੁੰਦਾ ਦੇਖਣਾ, ਦੇਖਣਾ ਦੋ ਅੱਖਾਂ ਨਾਲ, ਪੇਖਣਾ ਹੁੰਦਾ ਮਨ ਦੀ ਤੀਜੀ ਅੱਖ ਨਾਲ। ਇਹ ਜਿੱਦਾਂ ਕਹਿੰਦੇ ਨਾ 1984 ਚ ਜੀ ਇੰਨੇ ਸਿੱਖ ਮਰ ਗਏ, ਸਿੱਖ ਹੁੰਦਾ ਜਿਹਨੂੰ ਕੋਈ ਸਿੱਖਿਆ ਹੋਵੇ, ਨਾਦੀ ਰੂਪ ਹੁੰਦਾ, ਨਾਦੀ ਰੂਪ ਬੋਲਿਆ ਪਤਾ ਲੱਗਦਾ ਵੀ ਉਹ ਕੋਈ ਇਹ ਕੋਈ ਸਿੱਖਿਆ ਕਿ ਐਵੇਂ ਆਲ ਪਤਾਲ ਬੋਲਦਾ ਹੈਗਾ। ਅਤੇ ਆਹ ਮੇਰਾ ਜਿਹੜਾ ਇਹ ਬਿੰਦੀ ਰੂਪ ਹੈਗਾ, ਨਿੱਜਰ ਮੇਰਾ ਬਿੰਦੀ ਰੂਪ ਹੈਗਾ, ਨਿੱਜਰ ਪੈਦਾ ਹੋਇਆ, ਨਿੱਜਰ ਨਹੀਂ ਮਰਨਾ, ਸਿੱਖ ਤਾਂ ਪੈਦਾ ਨਹੀਂ ਹੋਇਆ, ਸਿੱਖ ਮਰੇਗਾ ਕਿੱਦਾਂ ਫਿਰ। ਉਹ ਜੇ ਮਨ ਦੀ ਤੀਜੀ ਅੱਖ ਪੇਖਦੀ ਹੈ ਨਾ, ਜਦੋਂ ਉਹਨੂੰ ਪੇਖਣਾ ਕਹਿੰਦੇ ਨੇ, ਜਦੋਂ ਉਹ ਪੇਖਦੀ ਹੈਗੀ ਤਾਂ ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਹੈਗਾ ਸਿੱਖ ਮਰ ਗਿਆ, ਸਿੱਖ ਪੈਦਾ ਨਹੀਂ ਹੋਇਆ ਤਾਂ ਮਰੇਗਾ ਕਿੱਦਾਂ। ਇਹ ਪੇਖੀ ਦਾ ਹੈਗਾ ਮਨ ਦੀ ਤੀਜੀ ਅੱਖ ਨਾਲ, ਦੋ ਅੱਖਾਂ ਨਾਲ ਦੇਖੀ ਦਾ, ਮਨ ਦੀ ਤੀਜੀ ਅੱਖ ਨਾਲ ਪੇਖੀ ਦਾ ਹੈਗਾ। ਜੈ ਜੈ ਪੇਖੀਓ, ਜਿੱਥੇ ਜਿੱਥੇ ਮੈਂ ਪੇਖਦਾ ਹੈਗਾ, ਤੈ ਨਾਰਾਇਣ ਸਗਲ ਘਟਾ ਮੇ ਧਾਗਾ, ਨਾਰਾਇਣ ਹੈਗਾ ਜਿਹੜਾ ਕਿ ਮਾਇਆ ਦੇ ਰੰਗ ਤੋਂ ਰਹਿਤ ਹੈਗਾ, ਉਹ ਮੋਤੀ ਸੰਤਾਂ ਦੇ ਜਿਹੜੇ ਸੰਤ ਹੈਗੇ ਨੇ ਉਹ ਇੱਕੋ ਧਾਗੇ ਚ ਪਰੋਏ ਹੋਏ ਨੇ, ਯਾਨੀ ਸ਼ੈਤਾਨ ਦੇ ਪੁੱਤਰ ਉਸ ਧਾਗੇ ਚ ਨਹੀਂ ਆ ਸਕਦੇ, ਮੋਤੀ ਨਹੀਂ ਬਣ ਸਕਦੇ, ਸਿਰਫ ਭਗਤ ਭਗਤ ਮਾਲਾ, ਤਦ ਇਹਨੂੰ ਕਹਿੰਦੇ ਭਗਤ ਮਾਲਾ, ਉਸ ਦੀ ਮਾਲਾ ਵਿੱਚ ਉਹ ਪਰੋਏ ਹੋਏ ਨੇ। ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ, ਕਹਿੰਦਾ ਵੀ ਨਾਮ ਉਦਕ, ਜਦੋਂ ਉਹਦੇ ਨਾਮ ਤੁਸੀਂ ਉਹਦੇ ਨਾਲ ਉਹਦੇ ਸਮੁੰਦਰ ਦਾ ਪੀਨੇ ਆ ਨਾ, ਜਲ ਜਿਹੜਾ ਅੰਮ੍ਰਿਤ ਜਲ ਪੀਨੇ ਆ, ਪੀਵਤ ਜਨ, ਜਨ ਹੁੰਦਾ ਪੁੱਤਰ, ਨਾਨਕ ਜਿਹੜਾ ਸੀ ਪਾਰ ਬ੍ਰਹਮ ਦਾ ਪੁੱਤਰ ਸੀਗਾ, ਪੁੱਤਰ ਨੂੰ ਨਹੀਂ ਇਜਾਜ਼ਤ ਕਿ ਕਿਸੇ ਦੀ ਜਾਨ ਲੈਣੀ,
ਇਸ ਕਰਕੇ ਪੁੱਤਰ ਜਿਹੜੇ ਉਹ ਭਗਤੀ ਮਾਰਗ ਦੇ ਹੁੰਦੇ ਨੇ, ਉਹ ਨਹੀਂ ਕਿਸੇ ਦੇ ਹੱਥ ਚੱਕਦੇ। ਜੇ ਕੋਈ ਚਪੇੜ ਮਾਰੇ ਤਾਂ ਦੂਜੀ ਗੱਲ ਕਰਦੇ ਨੇ। ਜਿਹੜਾ ਪਾਰ ਬ੍ਰਹਮ ਆਪ ਹੈਗਾ, ਜਿਹਦਾ ਰੂਪ ਗੋਬਿੰਦ ਰਾਏ ਜੀ ਸੀਗੇ, ਗੋਬਿੰਦ ਰਾਏ ਜੀ ਅਕਾਲ ਪੁਰਖ ਦਾ ਰੂਪ ਸੀਗੇ, ਤੇ ਉਹ ਜਿਹੜੀ ਮਹਾਂਦੇਵਨ ਸੀ ਉਹ ਹੋਲੀ ਸਪਿਰਿਟ ਸੀਗੀ, ਤੇ ਉਹਦੇ ਪੁੱਤਰ ਜਿਹੜੇ ਸੀਗੇ ਖਾਲਸੇ ਹੈਗੇ ਤੇ ਜਾਂ ਨਿਰਮਲੇ ਸੰਤ ਹੈਗੇ ਨੇ। ਉਹਨਾਂ ਦੇ ਪੰਜਾਂ ਦੇ ਸਿਰ ਉਹਨਾਂ ਨੇ ਸਟੇਜ ਤੇ ਲਾਏ ਸੀਗੇ, ਜਿਹੜੇ ਜਦੋਂ ਤੁਸੀਂ ਅਕਾਲ ਪੁਰਖ ਦਾ ਕੰਮ ਕਰਨਾ ਹੈਗਾ ਉਦੋਂ ਘਰ ਬਾਰ ਜਿਹੜਾ ਛੱਡਣਾ ਪੈਂਦਾ ਸਾਰਾ। ਯਾਨੀ ਕਿ ਤੁਸੀਂ ਇਹ ਨਹੀਂ ਤੁਹਾਡਾ ਜਿਹੜਾ ਮੋਹ ਦੁਨੀਆਂ ਦਾ ਇਹ ਤੋੜਨਾ ਪੈਂਦਾ ਹੈਗਾ, ਮੋਹ ਹੈਗਾ ਨਾ ਅਖੀਰ ਤੇ ਸਤਿਗੁਰੂ ਇਹ ਜਿਹੜਾ ਮੋਹ ਤੋੜਿਆ, ਮੋਹ ਤੋੜ ਕੇ ਤਾਂ ਫਿਰ ਤੁਸੀਂ ਐਸ ਉੱਤੇ ਅਖੀਰਲੀ ਪੌੜੀ ਦੇ ਚੜ੍ਹਦੇ ਹੈਗੇ, ਤੇ ਇਹ ਮੋਹ ਤੋੜਿਆ ਗਾ ਨਾਮ ਉਦਕ ਪੀਵਤ, ਉਹਦਾ ਅੰਮ੍ਰਿਤ ਨਾਮ ਪੀ ਕੇ ਜਲ ਸਰੋਵਰ ਤੋਂ। ਜਨ ਨਾਨਕ ਜਨ ਪੁੱਤਰ ਨਾਨਕ ਤਿਆਗੇ ਸਭ ਅਨੁਰਾਗਾ, ਹੋਰ ਜਿਹੜੇ ਸਾਰੀ ਦੁਨੀਆਂ ਦੇ ਰੰਗ ਹੈਗੇ ਨੇ ਉਹ ਤਿਆਗ ਦਿੰਦਾ ਹੈਗਾ, ਹੋਰ ਨੀ ਕਿਸੇ ਪਾਸੇ ਉਹਦਾ। ਯਾਨੀ ਕਿ ਯੂ ਕਾਂਟ ਸਰਵ ਟੂ ਮਾਸਟਰ ਮਾਮੁਨ ਐਂਡ ਗੋਡ, ਫਿਰ ਉਹ ਮਾਇਆ ਦਾ ਜਿਹੜਾ ਨਾ ਉਹ ਬਿਲਕੁਲ ਛੱਡ ਕੇ ਨਾਰਾਇਣ, ਯਾਨੀ ਕਿ ਜਿੱਦਾਂ ਚਾਂਦੀ ਚਮਕਦੀ ਹੈਗੀ ਏਦਾਂ ਹੁੰਦੇ, ਉਹਦੇ ਚ ਕਾਲਖ ਕੋਈ ਨੀ ਹੁੰਦੀ, ਯਾਨੀ ਕਿ ਦਿਲ ਸਾਫ਼ ਹੋ ਜਾਂਦਾ ਮਾਇਆ ਤੋਂ, ਉਹ ਲੋਭੀ ਵਗੈਰਾ ਬਿਲਕੁਲ ਨੀ ਉਹਦੇ ਆਉਂਦਾ ਤੇ ਨਾ ਉਹ ਮਾਇਆ ਦੀ ਪਰਵਾਹ ਕਰਦਾ ਹੈਗਾ। ਜਿੱਦਾਂ ਸੀਗੇ ਨਾ ਸਤਿਗੁਰੂ ਅਰਜਨ ਦੇਵ ਜੀ, ਉਹਨਾਂ ਦਾ ਜਿਹੜਾ ਵੱਡਾ ਭਰਾ ਸੀ ਪ੍ਰਿਥੀ ਚੰਦ, ਉਹ ਮਨਮੁਖ ਸੀਗਾ ਇੱਕ ਨੰਬਰ ਦਾ, ਉਹ ਵੱਡਾ ਹੋਣ ਕੇ ਕਹਿੰਦਾ ਸੀ ਇਹ ਗੱਦੀ ਮੈਨੂੰ ਮਿਲਣੀ ਚਾਹੀਦੀ ਹੈਗੀ, ਪਰ ਜਿਹੜੀ ਚੀਜ਼ ਤਨ ਤੇ ਲੱਗਦੀ ਰੂਹ ਤੇ ਉਲਟ ਲੱਗਦੀ ਹੈਗੀ, ਤੇ ਉਹ ਰੂਹ ਦੇ ਹਿਸਾਬ ਨਾਲ ਉਹ ਛੋਟੇ ਨੂੰ ਮਿਲਣੀ ਸੀਗੀ, ਵੱਡੇ ਨੂੰ ਨਹੀਂ ਮਿਲ ਸਕਦੀ। ਤੇ ਇਸ ਕਰਕੇ ਸਤਿਗੁਰੂ ਰਾਮਦਾਸ ਜੀ ਨੇ ਗੱਦੀ ਸਤਿਗੁਰੂ ਅਰਜਨ ਦੇਵ ਨੂੰ ਦਿੱਤੀ ਸੀਗੀ, ਨਾ ਕਿ ਪ੍ਰਿਥੀ ਚੰਦ ਨੂੰ ਦਿੱਤੀ ਸੀ। ਪ੍ਰਿਥੀ ਚੰਦ ਮਨਮੁਖ ਸੀਗਾ, ਪੈਸਾ ਤੇ ਮਕਾਰ ਸੀਗਾ, ਉਹਦਾ ਦਿਲ ਸਾਫ ਨਹੀਂ ਸੀਗਾ, ਤੇ ਉਹ ਸਤਿਗੁਰੂ ਅਰਜਨ ਦੇਵ ਜੀ ਮਾਇਆ ਤੋਂ ਰਹਿਤ ਸਨ, ਤੇ ਪ੍ਰਿਥੀ ਚੰਦ ਮਾਇਆ ਦੇ ਵਿੱਚ ਰਚਿਆ ਹੋਇਆ ਸੀਗਾ। ਸਤਿਗੁਰੂ ਅਰਜਨ ਦੇਵ ਜੀ ਆਪਣੀ ਤੀਵੀਂ ਦੇ ਗਹਿਣੇ ਵੇਚ ਕੇ ਤੇ ਲੰਗਰ ਚੜਾਉਂਦੇ ਸਨ, ਤੇ ਪ੍ਰਿਥੀ ਚੰਦ ਮੋਹਰੇ ਠੂਠਾ ਕਰਕੇ ਤਾਂ ਉਗਰਾਹੀ ਕਰਕੇ ਘਰ ਨੂੰ ਦੌੜ ਜਾਂਦਾ ਸੀ, ਕਹਿੰਦਾ ਸੀ ਦੇਖਦੇ ਆ ਕਿੰਨਾ ਚਿਰ ਚਲਾਉਂਦਾ ਇਹ। ਇੱਕ ਨੰਬਰ ਦੇ ਜਿਹੜੇ ਦੁਸ਼ਮਣ ਸਨ ਨਾ ਸਿੱਖੀ ਦੇ, ਉਹ ਖੱਤਰੀ ਸਨ। ਅੱਜ ਉਹਨਾਂ ਨੂੰ ਜਦੋਂ ਕਹਿੰਦਾ ਮੈਂ ਵੀ ਉਹ ਖੱਤਰੀ ਹੈ, ਦੁਸ਼ਮਣ ਸੀਗੇ ਇੱਕ ਨੰਬਰ ਤੇ ਟੱਪ ਕੇ ਪੈਂਦੇ ਮੇਰੇ ਤੇ ਵੀ ਸਾਨੂੰ ਕਿਉਂ ਕਹਿੰਦਾ। ਸਤਿਗੁਰੂ ਅੰਗਦ ਦੇਵ ਜੀ ਨੂੰ ਠੁੱਡੇ ਮਾਰੇ ਜਾਂ ਉਹਨਾਂ ਨੂੰ ਦਰਕਾਰਿਆ, ਖੱਤਰੀਆਂ ਨੇ ਦਰਕਾਰਿਆ ਸੀਗਾ, ਉਹ ਜੱਟ ਦੇ ਘਰ ਜਾ ਕੇ ਬੈਠੇ ਸੀਗੇ। ਜੱਟ ਭਗਤ ਹੈਗੇ ਨੇ, 70% ਜੱਟਾਂ ਨੇ ਸਿੱਖੀ ਅਪਣਾਈ, ਖੱਤਰੀਆਂ ਨੇ 0.75% ਮੈਕਲੋਇਡ ਕਹਿੰਦਾ ਹੈ ਵੀ ਉਹਨਾਂ ਸਿੱਖ ਬਣੇ ਸੀਗੇ, ਰੋੜੇ 1.5% ਸੀ, ਰੋੜੇ ਉਹਨਾਂ ਨਾਲ ਉੱਪਰ ਸੀਗੇ। ਇਹ ਦੋਨੋਂ ਜਿਹੜੀ ਕੌਮਾਂ ਸੀਗੀਆਂ, ਖੱਤਰੀ ਤੇ ਅਰੋੜਾ, ਇਹ ਸਾਰਿਆਂ ਨਾਲ ਨੀਚੇ ਸੀਗੀਆਂ, ਬਾਕੀ ਦੀਆਂ ਸਾਰੀਆਂ ਜਾਤਾਂ ਨੇ ਸਿੱਖੀ ਅਪਣਾਈ, ਕਿਸੇ ਨੇ 5%, 10%, ਤੇ ਤਰਖਾਣਾ ਲੁਹਾਰਾਂ ਨੇ 30-40%, ਤੇ ਜੱਟਾਂ ਨੇ 70%, ਸਾਰਿਆਂ ਨਾਲ ਮੈਕਸੀਮਮ ਸੀਗੇ ਜੱਟ ਜਿਹਨਾਂ ਨੇ ਸਿੱਖੀ ਅਪਣਾਈ। ਇਸ ਕਰਕੇ ਜੱਟ ਜਿਹੜੇ ਨੇ ਇੱਕ ਵੱਡੇ ਡਿਵੋਟੀ ਹੈਗੇ ਨੇ ਨਾਨਕ ਦੇ, ਤੇ ਹੈਗੇ ਇਹੋ ਬੁੱਧੂ, ਤੇ ਇਹਨਾਂ ਨੂੰ ਜਿਹੜੇ ਪਾਸੇ ਖੱਤਰੀ ਲਾ ਲੈਂਦੇ ਨੇ ਉੱਧਰ ਨੂੰ ਤੁਰ ਪੈਂਦੇ ਨੇ, ਖੱਤਰੀ ਸ਼ੈਤਾਨੀ ਆਪਣੀ ਛੱਡ ਨੂੰ ਹਟਦੇ ਨਹੀਂ। ਇਹ ਹਰਿਮੰਦਰ ਤੇ ਸੋਨਾ ਲਗਵਾ ਕੇ ਇਹਨੂੰ ਹਰਿਮੰਦਰ ਨਹੀਂ ਰਹਿਣ ਦਿੱਤਾ, ਇਹਨੂੰ ਹਰੀ ਦਾ ਮੰਦਿਰ ਬਣਾ ਦਿੱਤਾ, ਲੁੱਟਣ ਲਈ ਪੈਸੇ ਲੋਕਾਂ ਨੂੰ, ਲੋਕੀ ਦੇਖਣਗੇ ਸੋਨਾ ਤੇ ਆਉਣਗੇ ਸਾਡਾ ਹੈਗਾ ਹਰਿਮੰਦਰ ਸਾਹਿਬ ਹੈਗਾ ਜੀ, ਆਹ ਹੈਗਾ ਹਰਿਮੰਦਰ, ਸਾਦਾ ਹੁੰਦਾ ਹੈਗਾ। ਉੱਥੇ ਭਗਤ ਫਰੀਦ ਜੀ ਦੇ ਹੈਗਾ ਨਾ ਆਪਣੇ ਫਰੀਦਕੋਟ ਗੁਰਦੁਆਰਾ, ਸਾਦੀ ਰੋਟੀ ਬਣਦੀ ਹੈਗੀ, ਦਾਲ ਤੇ ਰੋਟੀ, ਉੱਥੇ ਉਹ ਬਾਕੀ ਕੀੜਾਂ ਕੂੜਾਂ ਨਹੀਂ ਬਣਦੀ ਹੈ, ਜਿਹੜੇ ਇੱਦਾਂ ਬਣਦੇ ਸਵਾਦ। ਇੱਥੇ ਅੰਮ੍ਰਿਤਸਰ ਬਾਹਰ ਬੈਠੇ ਨੇ ਖੱਤਰੀ, ਉਹ ਉੱਥੋਂ ਲੈ ਆਉਂਦੇ ਬਾਲਟੀਆਂ ਭਰ ਕੇ ਖਾਣ ਲਈ,
ਤੇ ਖਾਂਦੇ ਨੇ ਤੇ ਦੁਕਾਨਦਾਰੀ ਪੈਸੇ ਨੂੰ ਜੋੜਦੇ ਨੇ, ਕੰਟਰੀਬਿਊਸ਼ਨ ਨਹੀਂ ਕਰਦੇ। ਤੇ ਸਤਿਗੁਰੂ ਅੰਗਦ ਦੇਵ ਜੀ ਨੇ ਭਾਗ ਮਹਾਂਛਲ ਪੂਜਾ ਦਾਨ ਬਾਣੀ ਚ ਹੈਗਾ ਇੱਕ ਸਲੋਕ, ਭਾਗ ਮਹਾਂਛਲ ਪੂਜਾ ਦਾਨ ਜੋ ਜੋ ਪ੍ਰਾਣੀ ਖਾਏ ਤੀਰਥ ਆਤ ਰਸਤ ਜਾਏ। ਇਹ ਭਗਤ ਕਬੀਰ ਜੀ ਦਾ ਹੈਗਾ। ਭਾਗ ਦੇ ਉੱਤੇ ਬਾਂਕ ਲਾ ਕੇ ਬਿੰਦੀ ਉਹਨੂੰ ਭੰਗ ਕੱਢ ਦਿੱਤਾ ਸ਼ਬਦ, ਮਹਾਂਛਲ ਦੇ ਪਿੱਛੇ ਬਿਹਾਰੀ ਲਾ ਕੇ ਉਹਨੂੰ ਮੱਛਲੀ ਬਣਾ ਦਿੱਤਾ, ਪੂਜਾ ਦਾਨ ਨੂੰ ਸੁਰਾ ਪਾਨ ਸ਼ਰਾਬ ਬਣਾ ਦਿੱਤਾ। ਜੋ ਜੋ ਪ੍ਰਾਣੀ ਇਹ ਤਾਂ ਤਨ ਦੀਆਂ ਖੁਰਾਕਾਂ ਨੇ, ਮਨ ਦੀਆਂ ਥੋੜੀਆਂ ਹੈਗੀਆਂ ਨੇ, ਇਸ ਕਰਕੇ ਹੇਰਾ ਫੇਰੀਆਂ ਕੀਤੀਆਂ ਨੇ। ਤੇ ਦੂਜਾ ਹੈਗਾ ਇਹ ਹੈਗਾ ਹਰਿਮੰਦਰ ਹੈਗਾ, ਇਹ ਟੈਂਪਲ ਆਫ ਗੋਡ, ਇਹਨੂੰ ਹਰਿਮੰਦਰ ਕਹੀਦਾ ਹੈਗਾ। ਇਹ ਹਰੀ ਓਮ ਸ਼ਾਂਤੀ ਤੋਂ ਹੈਗਾ ਨਾ ਹਰਿਮੰਦਰ, ਤੇ ਹਰੀ ਓਮ ਸ਼ਾਂਤੀ ਹਰੀ ਓਮ ਸ਼ਾਂਤੀ ਤੋਂ ਬਣਿਆ ਨਾ ਇਹ ਹਰਿਮੰਦਰ। ਇਹ ਮੇਰੀ ਕਿਤਾਬ ਹੈਗੀ ਇੱਕ ਇੱਥੇ, ਇਹ ਉਹਦੇ ਚ ਮੈਂ ਲਿਖਿਆ ਹੈਗਾ ਨਾਲ, ਆਹ ਕਿਤਾਬ ਜਿਹੜੀ ਕੱਖ ਓਲੇ ਲੱਖ ਹੈਗੀ ਮੇਰੀ ਲਿਖੀ ਹੋਈ, ਇਹ ਕਾਪੀਆਂ ਪਈਆਂ ਨੇ ਨਵਾਂ ਸ਼ਹਿਰ। ਜੇ ਕਿਸੇ ਨੇ ਵੰਡਣੀਆਂ ਤੋ ਖੁਸ਼ੀ ਨਾਲ ਵੰਡੇ, ਇਹਦੀ ਕੋਈ ਕੀਮਤ ਨਹੀਂ ਹੈਗੀ, ਇਹ ਮੁਫ਼ਤ ਮੈਨੂੰ ਨਾਮ ਮਿਲਿਆ ਮੁਫ਼ਤ ਦਿੰਦਾ ਮੈਂ, ਪਰ ਇਹਦੇ ਤੇ ਥੋੜੀ ਜਿਹੀ ਕੀਮਤ ਲਿਖੀ ਤਾਂ ਕਿ ਲੋਕੀ ਇਹ ਨਾ ਕਿ ਵੀ ਮੁਫ਼ਤ ਆਇਆ ਤੇ ਇਹਨੂੰ ਸਿੱਟ ਦਈਏ। ਇਹ ਹੈਗਾ ਹਰੀ ਓਮ ਸ਼ਾਂਤੀ ਤੂੰ ਹਰ ਇੱਕ ਓਂਕਾਰ, ਹਰੀ ਓਮ ਸ਼ਾਂਤੀ ਤੂੰ ਹਰ ਇੱਕ ਓਂਕਾਰ, ਇਹਨੂੰ ਹਰ ਇੱਕ ਓਂਕਾਰ ਪੜ੍ਹਨਾ, ਇਹਨੂੰ ਇੱਕ ਓਂਕਾਰ ਨਹੀਂ ਪੜ੍ਹਨਾ ਹੈਗਾ। ਇਹ ਹੈਗਾ ਕਲਯੁਗ ਦਾ ਅਖੀਰ ਆ ਰਿਹਾ ਹੁਣ, ਜੇ ਤੁਹਾਨੂੰ ਬਾਣੀ ਸਮਝ ਆਏਗੀ ਤਾਂ ਜੋ ਸਮੇਂ ਚ ਹੋ ਰਿਹਾ ਹੈਗਾ ਨਾ ਹੁਣ ਉਹ ਤੁਹਾਡੇ ਪੱਲੇ ਪਏਗਾ, ਨਹੀਂ ਤਾਂ ਜਿੱਥੇ ਦੂਜੇ ਅੰਨੇ ਜਾਂਦੇ ਨੇ ਉੱਥੇ ਤੁਸੀਂ ਅੰਨੇ ਵਿੱਚ ਡੁੱਬੋਗੇ, ਜਿੱਦਾਂ 1947 ਚ ਡੁੱਬੇ ਤੇ 1984 ਚ ਡੁੱਬੇ। ਭਿੰਡਰਾਂਵਾਲਾ ਨਾ ਸਿੱਖ ਸੀਗਾ ਨਾ ਉਹ ਖਾਲਸਾ ਸੀਗਾ, ਉਹ ਇੱਕ ਟੈਰਰਿਸਟ ਸੀਗਾ। ਇਹ ਹੈਗਾ ਵੀ ਹਰਿਮੰਦਰ ਸਾਹਿਬ ਕੰਪਲੈਕਸ ਹੈਗਾ ਸਿੱਖ ਭਗਤਾਂ ਲਈ ਹੈਗਾ ਹਰਿਮੰਦਰ, ਤੇ ਇਸ ਕਰਕੇ ਇਹ ਹਰਿਮੰਦਰ ਹੈਗਾ ਅੰਦਰ ਮੇਰੇ ਹਰ ਰਹਿੰਦਾ ਹੈਗਾ। ਗੁਣ ਤਾਂ ਗਾਓ ਹਰ ਦੇ ਮਨ ਜਿਨ ਵਸਾਇਆ, ਹਰੀ ਦੇ ਨਹੀਂ, ਇਹ ਖੱਤਰੀਆਂ ਨੇ ਹੇਰਾ ਹੇਰੀਆਂ ਕੀਤੀਆਂ ਹੋਈਆਂ ਨੇ, ਤੇ ਇਸ ਕਰਕੇ ਉੱਥੇ ਭਗਤਾਂ ਦਾ ਹੈਗਾ ਸਿੱਖ ਹਰਿਮੰਦਰ ਸਾਹਿਬ, ਤੇ ਨਿਰਮਲੇ ਸੰਤਾਂ ਦਾ ਹੈਗਾ ਅਕਾਲ ਤਖ਼ਤ। ਜਦੋਂ ਨਿਰਮਲੇ ਸੰਤ ਆਏ ਨਾ ਉੱਥੇ ਬੈਠਣ ਲਈ ਅਕਾਲ ਤਖ਼ਤ, ਖੱਤਰੀਆਂ ਨੇ ਚੱਕ ਕੇ ਬਾਹਰ ਮਾਰੇ, ਜਿੱਦਾਂ ਸਤਿਗੁਰੂ ਤੇਗ ਬਹਾਦਰ ਜੀ ਦੇ ਮੂੰਹ ਤੇ ਦਰਵਾਜ਼ਾ ਮਾਰਿਆ ਸੀ, ਜਾਂ ਦੌੜ ਜਾ ਇੱਥੋਂ। ਤੇ ਇਸੇ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਫਿਰ ਆਸਾਮ ਵਿੱਚ ਚਲੇ ਗਏ ਜੀ, ਦੂਰ ਚਲੇ ਗਏ ਸੀ ਇਹਨਾਂ ਖੱਤਰੀਆਂ ਤੋਂ, ਵੀ ਹੁਣ ਤੁਸੀਂ ਅੰਧੇਰਾ ਕਰ ਲਓ, ਕਲਯੁਗ ਦਾ ਅੰਧੇਰਾ ਪੂਰਾ ਕਰ ਲਓ। ਇਹਨਾਂ ਨੇ ਪੂਰਾ ਕੀਤਾ ਅੰਧੇਰਾ, ਜਨੇਊ ਲਹਾਏ, ਸਭ ਕੁਛ ਕੀਤਾ, ਮੁੱਲਾ ਬਣ ਕੇ ਨਾ ਬਹੁਤ ਇਹਨਾਂ ਨੇ ਕੀਤਾ। ਅੱਤ ਜਦੋਂ ਕੀਤਾ ਤੇ ਫਿਰ ਆਏ ਸੀ ਇੱਥੇ ਆਪਣੀ ਕੁਰਬਾਨੀ ਦੇਣ ਲਈ, ਤੇ ਇਹਨਾਂ ਨੇ ਫਿਰ ਕੁਰਬਾਨੀ ਦਿੱਤੀ ਉਹਨਾਂ ਖੱਤਰੀਆਂ ਨੂੰ ਦਿੱਤੀ ਸੀਗੀ, ਜਿਹੜੇ ਕਿ ਜਨੇਊ ਲਹਾਉਂਦੇ ਸੀਗੇ, ਕਸ਼ਮੀਰ ਦੇ ਖੱਤਰੀ, ਸਾਫ਼ ਸੁਥਰੇ ਖੱਤਰੀ। ਤੇ ਹੁਣ ਉਹਨਾਂ ਦਾ ਦੇਖ ਲਓ ਕੀ ਹੁੰਦਾ, ਉਹ ਇਸੇ ਕਰਕੇ ਹੋ ਰਿਹਾ ਹੈਗਾ ਕਿਉਂ ਉਹਨਾਂ ਨੇ ਅਖੀਰਲਾ ਸਤਿਗੁਰੂ ਮਾਰਿਆ ਸੀ ਜਿਹੜਾ ਦੁਨੀਆਂ 'ਚ ਸੀਗਾ, ਕ੍ਰਾਈਸਟ ਤੇਗ ਬਹਾਦਰ। ਤੇ ਅੱਗੇ ਤੁਹਾਡੀ ਮਰਜ਼ੀ, ਬਹੁਤ ਕੁਛ ਲਿਖਿਆ ਹੈਗਾ, ਜੇ ਉਹ ਬੁੱਕ ਰਿਵਾਈਜ਼ ਕਰਨੀ ਹੈਗੀ, ਜੇ ਕਿਸੇ ਨੂੰ ਚਾਹੀਦੀ ਹੈਗੀ ਤਾਂ ਮੈਨੂੰ ਦੱਸੇ ਅਤੇ ਮੈਂ ਉਹਨੂੰ ਐਡਰੈਸ ਦੇ ਦਿਆਂਗਾ ਤਾਂ ਉੱਥੋਂ ਪਿਕਅਪ ਕਰ ਲਵੇ, ਅਤੇ ਜੇ ਕੋਈ ਵੰਡੇ ਤਾਂ ਬਹੁਤ ਹੀ ਖੁਸ਼ੀ ਹੋਏਗੀ। ਇਹ ਗਣੇਸ਼ ਜਿਹੜਾ ਹੈਗਾ ਇਹਦੀ ਫੋਟੋ ਹੈਗੀ, ਨੱਕ ਇਸ ਕਰਕੇ ਵੱਡਾ ਹੈਗਾ ਕਿ ਜਦੋਂ ਤੁਸੀਂ ਸ਼ੁਭ ਕਰਮ ਕਰਨ ਜਾਂਦੇ ਹਾਂ ਉਦੋਂ ਇਹਦੀ ਗਣੇਸ਼ ਦੀ ਪੂਜਾ ਕਰਦੇ ਹਾਂ, ਉਹ ਤੁਹਾਨੂੰ ਆਪਣੇ ਖਾਨਦਾਨ ਦਾ ਨੱਕ ਯਾਦ ਕਰਵਾਉਂਦਾ ਵੀ ਇੱਦਾਂ ਦਾ ਕੰਮ ਨਾ ਕਰੀ ਕਿ ਆਪਣੇ ਖਾਨਦਾਨ ਦਾ ਨੱਕ ਕਟਾ ਕੇ ਆ ਜੇ, ਬੇਸ਼ਰਮੀ ਵਾਲਾ ਕੰਮ ਨਾ ਕਰੀ, ਸ਼ਰਮ ਨੂੰ ਯਾਦ ਕਰਾਉਣ ਲਈ ਇਹ ਨੱਕ ਸੀਗਾ ਹਾਥੀ ਦੇ ਲੰਬੇ। ਇਹ ਸਟੋਰੀ ਸੁਣਾ ਦਿੰਦੇ ਬਾਹਮਣ, ਇਹਦਾ ਮੋਰਲ ਨਹੀਂ ਆਉਂਦਾ ਉਹਨਾਂ ਨੂੰ, ਮੋਰਲ ਉਹਨੂੰ ਹੀ ਮਿਲਦਾ ਜਿਹਨੂੰ ਨਾਮ ਮਿਲਦਾ। ਬਹੁਤ ਸੌਖਾ ਹੈਗਾ ਪਰ ਇਹ ਨਾਮ ਉਹਨੂੰ ਮਿਲਦਾ ਜਿਹਨੂੰ ਚਾਹ ਹੈਗੀ, ਜਿਹਨੂੰ ਚਾਹ ਨਹੀਂ ਹੈਗੀ ਉਹਨੂੰ ਨਹੀਂ ਨਾਮ ਮਿਲਦਾ।